जय गुरुजी जय गुरुजी हर बंदे दी एंट्री गुरुजी ਦੇ ਕੋਲ ਕਿਸੇ ਨਾ ਕਿਸੇ ਆਪਣੀ ਵਜ੍ਹਾ ਕਰਕੇ ਹੀ ਹੋਈ ਬਹੁਤ ਘੱਟ ਸ਼ਖਸ ਹੋਣਗੇ ਜਿਹੜੇ ਉਹ ਇਹ ਸਮਝ ਕੇ ਆਏ ਹੋਣਗੇ ਕਿ ਉੱਥੇ ਕੋਈ ਵੱਡੇ ਮਹਾਪੁਰਸ਼ ਹੈਗੇ ਆ ਉਹਨਾਂ ਦੇ ਦਰਸ਼ਨ ਕਰਾਇਆ ਲੇਕਿਨ ਬਹੁਤੇ ਮੇਰੇ ਵਰਗੇ ਉਹ ਆਪਣੀਆਂ ਜ਼ਰੂਰਤਾਂ ਲਈ ਗੁਰੂਜੀ ਦੇ ਕੋਲ ਆਉਂਦੇ ਰਹੇ ਮੈਂ 70 ਤੋਂ ਆਪਣੀਆਂ ਅੱਖਾਂ ਤੋਂ ਬਹੁਤ ਅ ਪੀੜਤ ਸੀ ਕਰੀਬਨ ਕਰੀਬਨ 14-15 ਸਾਲ ਮੈਂ ਟ੍ਰੀਟਮੈਂਟ ਲਗਾਤਾਰ ਹੀ ਕਰਵਾਉਂਦਾ ਰਿਹਾ ਮੇਰੇ ਅੱਖਾਂ ਦੇ ਵਿੱਚ ਇਨਫਲੇਮੇਸ਼ਨ ਹਾਈਰਾਟਸ ਗੋਕਾਈਟਸ ਐਸ ਆਰ ਇਹ ਪੜਦੇ ਸਾਰੇ ਸਵੇਲਿੰਗ ਦੇ ਨਾਲ ਕਾਬੂ ਆਏ ਹੋਏ ਸੀ ਰੋਜ਼ ਦੋ ਇੰਜੈਕਸ਼ਨ ਮੇਰੀਆਂ ਅੱਖਾਂ ਦੇ ਵਿੱਚ ਆਈ ਬਾਲ ਦੇ ਵਿੱਚ ਲੱਗਦੇ ਸੀ ਬੜੀ ਕੋਸ਼ਿਸ਼ ਡਾਕਟਰ ਕਰਦੇ ਸੀ ਕਿ ਇਹ ਇੰਜੈਕਸ਼ਨ ਦੇ ਕੋਰਸ ਪੂਰੇ ਹੋਣ ਤੋਂ ਬਾਅਦ ਕੋਈ ਸਵੇਲਿੰਗ ਜਿਹੜੀ ਆ ਉਹ ਕਾਬੂ ਚ ਆ ਜਾਏ ਪਰ ਪਤਾ ਨਹੀਂ ਮਾਰਾ ਜੀ ਦੇ ਕੀ ਕਰਨੀ ਸੀ ਇਹ ਕਾਬੂ ਨਹੀਂ ਸੀ ਆਉਂਦੀ ਮੈਨੂੰ ਮੇਰੇ ਇੱਕ ਦੋ ਰਿਸ਼ਤੇਦਾਰ ਗੁਰਜੀ ਕੋਲ ਆਂਦੇ ਸੋ ਉਹਨਾਂ ਨੇ ਵੀ ਮੈਨੂੰ ਉਹਨਾਂ ਨੇ ਕਿਹਾ ਕਿ ਇਥੇ ਗੁਰੂ ਜੀ ਹੈਗੇ ਆ ਉਹ ਦੁਨੀਆ ਦਾ ਬੜਾ ਕਲਿਆਣ ਕਰਦੇ ਆ ਵੀ ਤੂੰ ਵੀ ਚੱਲ ਕੇ ਉੱਥੇ ਬੇਨਤੀ ਕਰ। ਤਾਂ ਮੈਂ ਅਕਸਰ ਜਦੋਂ ਬੰਦਾ ਜਿਆਦਾ ਦੁਖੀ ਹੋਵੇ ਤੇ ਬਹੁਤ ਤਾਈ ਟੁੰਮਦਾ ਜ਼ਰੂਰੀ ਨਹੀਂ ਕਿ ਹਸਪੀਟਲ ਡਾਕਟਰਾਂ ਦੇ ਕੋਲ ਜਾਂਦਾ। ਸਾਡਾ ਹਿੰਦੁਸਤਾਨ ਇਸ ਗੱਲ ਦਾ ਬੜਾ ਧਰਮੰਦਾਇ ਮੁੱਲਕ ਆ। ਇਥੇ ਧਾਰਮਿਕ ਨਾ ਤੇਰੇ ਨਾਲ ਸੰਤਾਂ ਮਹਾਂਪੁਰਸ਼ਾਂ ਕੋਲ ਵੀ ਅਸ਼ੀਰਵਾਦ ਬਹੁਤ ਲੈਂਦੇ ਆ। ਉਸ ਖਿਆਲ ਦੇ ਨਾਲ ਮੈਂ ਬੜੇ ਸੰਤਾਂ ਮਹਾਂਪੁਰਸ਼ਾਂ ਕੋਲ ਵੀ ਬਹੁਤ ਮੇਰੇ ਮਾਪੇ ਮੈਨੂੰ ਲੈ ਕੇ ਜਾਂਦੇ ਰਹੇ ਪਰ ਕਿਤੇ ਵੀ ਕੋਈ ਇਦਾਂ ਦੀ ਖੈਰ ਨਾ ਪਈ ਇੱਕ ਵਾਰੀ ਮੇਰੇ ਮਾਮਾ ਜੀ ਦੇ ਘਰ ਗੁਰੂ ਜੀ ਪਹਿਲੀ ਵਾਰ ਉਹਨਾਂ ਦੇ ਘਰ ਆਏ ਤੇ ਉਹਨਾਂ ਨੇ ਕਿਤੇ ਕਿਹਾ ਵੀ ਤੇਰਾ ਭਾਂਜਾ ਇੱਕ ਅੱਖਾਂ ਤੋਂ ਵੱਡਾ ਦੁਖੀ ਆ ਤੇ ਉਹਨੂੰ ਉੱਥੇ ਜੂਰ ਲੈ ਕੇ ਉਹ ਸ਼ਾਮ ਨੂੰ ਮੇਰੇ ਖਿਆਲ ਚਾਰ-ਪੰਜ ਦੇ ਆਸ-ਪਾਸ ਦਾ ਟਾਈਮ ਸੀ ਤੇ ਉਹ ਮੇਰੇ ਘਰ ਆਏ ਤੇ ਖੜੇ-ਖੜੇ ਮੈਨੂੰ ਕਹਿੰਦੇ ਵੀ ਤਾਂ ਗੁਰ ਜੀ ਨੇ ਅੱਜ ਸਾਡੇ ਘਰ ਆਉਣਾ 8 ਵਜੇ ਤੇ ਤੂੰ ਜ਼ਰੂਰ ਉੱਥੇ ਆ ਜਾ ਆਪਣੀਆਂ ਅੱਖਾਂ ਦੇ ਠੀਕ ਹੋਣ ਦੀ ਬੇਨਤੀ ਕਰਨ ਵਾਸਤੇ ਪਤਾ ਨਹੀਂ ਉਸ ਦਿਨ ਵਕਤ ਆਇਆ ਸੀਗਾ ਗੁਰੂ ਜੀ ਦੀ ਕਿਰਪਾ ਆਈ ਹੋਈ ਸੀ ਪਹਿਲਾਂ ਵੀ ਕਹਿੰਦੇ ਸੀ ਮੈਂ ਕਦੀ ਇਸ ਗੱਲ ਦੇ ਉੱਤੇ ਮੈਂ ਗੌਰ ਨਹੀਂ ਸੀ ਕਰਦਾ ਇਹ ਉਹਨਾਂ ਦੀ ਕਿਰਪਾ ਸੀ ਮੈਂ ਆਪਣੇ ਵਾਈਫ ਦੇ ਨਾਲ ਗੱਲ ਕੀਤੀ ਉਹਨੇ ਵੀ ਉਸੇ ਵੇਲੇ ਕਹਿਤਾ ਕਿ ਨਹੀਂ ਚਲੋ ਚੱਲਦੇ ਹਾਂ ਮੇਰਾ ਵੀ ਮਨ ਬਣ ਗਿਆ ਮੈਂ ਕਹਾ ਚਲੋ ਚੱਲਦੇ ਹਾਂ 8 ਵਜੇ ਦੇ ਕਰੀਬ ਆਸ-ਪਾਸ ਅੱਥੀ ਉੱਥੇ ਘਰ ਪਹੁੰਚ ਗਏ ਗੁਰੂ ਜੀ ਖਾਣਾ ਖਾ ਰਹੇ ਸੀ ਮੱਥਾ ਟੇਕਿਆ ਮੇਰੀ ਨਜ਼ਰ ਦੀ ਉਹ ਪੋਜੀਸ਼ਨ ਸੀ ਕਿ ਟੇਬਲ ਤੇ ਪਿਆ ਕੋਈ ਖਾਣਾ ਮੈਨੂੰ ਨਜ਼ਰ ਨਹੀਂ ਸੀ ਆਉਂਦਾ ਇਹਨਾਂ ਮੇਰਾ ਜਿਹੜਾ ਵਿਜ਼ਨ ਸੀ ਸਾਰਾ ਖਰਾਬ ਹੋ ਗਿਆ ਇੰਜੈਕਸ਼ਨ ਜਿਹੜੇ ਬਹੁਤ ਜ਼ਿਆਦਾ ਲੱਗਦੇ ਸੀ ਜਿੰਨਾਂ ਪੜਦੇ ਬਹੁਤ ਖਰਾਬ ਹੋ ਗਏ ਸੀ ਮੂੰਹ ਫੜ ਕੇ ਮੈਨੂੰ ਮੱਥਾ ਟਿਕਾਇਆ ਮੈਂ ਮੱਥਾ ਟੇਕ ਕੇ ਤਾਂ ਬੈਠ ਗਿਆ ਉੱਥੇ ਹੀ ਤੇ ਗੁਰੂ ਜੀ ਕਹਿੰਦੇ ਖਾਣਾ ਦਿਓ ਅਸੀਂ ਕੁਦਰਤੀ ਖਾਣਾ ਥੋੜਾ ਜਿਹਾ ਟਾਈਮ ਫਿਰ ਖਾ ਲੈਂਦੇ ਖਾ ਕੇ ਤਾਂ ਅਸੀਂ ਗਏ ਸੀ ਤਾਂ ਮੈਂ ਕਿਹਾ ਗੁਰੂ ਜੀ ਖਾਣਾ ਸੀ ਖਾ ਕੇ ਆਇਆ ਜੀ ਗੁਰੂ ਜੀ ਚੁੱਪ ਕਰ ਗਏ ਉਸ ਤੋਂ ਬਾਅਦ ਖੀਰ ਪ੍ਰਸ਼ਾਦ ਆਇਆ ਕਹਿੰਦੇ ਖੀਰ ਖਾ ਲਓ ਫੇ ਮੈਂ ਕਹਾਂ ਜੀ ਖੀਰ ਖਾ ਲੈਣੇ ਜੀ ਖੀਰ ਖਾਂਦੇ ਮੈਨੂੰ ਕਹਿੰਦੇ ਤੇਰੀ ਅੱਖਾਂ ਨੂੰ ਕੀ ਹੋਇਆ ਮੈਂ ਦੱਸਿਆ ਮੈਂ ਕਹਾਂ ਗੁਰੂ ਜੀ ਇਨਫਲੇਮੇਸ਼ਨ ਬਹੁਤ ਜ਼ਿਆਦਾ ਸੋਇਲਿੰਗ ਬਹੁਤ ਆ ਇੰਜੈਕਸ਼ਨ ਲੱਗਦੇ ਆ ਪਰ ਇਹ ਕੰਟਰੋਲ ਚ ਨਹੀਂ ਆਂਦੀ ਪੰਜ 10 ਮਿੰਟ ਦੇ ਬੀਲੇ ਹੋ ਗਏ ਤੇ ਉਹਨਾਂ ਨੇ ਕਿਸੇ ਨੂੰ ਕਿਹਾ ਕਿ ਇੱਕ ਗਲਾਸ ਪਾਣੀ ਦਾ ਔਰ ਚਮਚ ਲਿਓ ਮੈਨੂੰ ਕਹਿੰਦੇ ਇੱਥੇ ਲੇਟ ਜਾ ਮੈਂ ਜਿੱਥੇ ਬੈਠਾ ਸੀ ਉੱਥੇ ਗੁਰੂ ਜੀ ਵੱਲੋਂ ਸਿਰ ਕਰਕੇ ਮੈਨੂੰ ਲਟਾ ਦਿੱਤਾ ਮੈਂ ਲੇਟ ਕੇ ਆਓ ਗਲਾਸ ਪਾਣੀ ਦੇ ਚਮਚ ਲੈ ਕੇ ਮੇਰੇ ਪਾਣੀ ਅੱਖਾਂ ਦੇ ਵਿੱਚ ਉਹ ਚਮਚ ਇਹਨਾਂ ਪਾਉਂਦੇ ਰਹੇ ਚਮਚ ਦੇ ਨਾਲ ਮੇਰੀ ਆਈ ਬਾਲ ਨੂੰ ਪ੍ਰੈਸ ਕਰਦੇ ਸੀ ਕਦੀ ਕੁਝ ਕਰਦੇ ਸੀ ਅੱਖਾਂ 'ਚ ਪਾਣੀ ਪਾਈ ਜਾਂਦੇ ਸੀ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਕਿ ਮਾਚਸ ਲੈ ਕੇ ਆਓ ਮੇਰੇ ਮਨ ਦੇ ਵਿੱਚ ਥੋੜਾ ਜਿਹਾ ਇਹ ਇੱਕ ਡਰ ਬੜਾ ਹੁੰਦਾ ਸੀ ਡਾਕਟਰ ਅਕਸਰ ਕਹਿੰਦੇ ਸੀ ਕਿ ਤੂੰ ਆਪਣੀ ਅੱਖ ਨੂੰ ਕਿਤੇ ਵੀ ਕੋਈ ਛੇੜਛਾੜ ਨਹੀਂ ਕਰਾਉਣੀ ਜਿਆਦਾ ਸਵੇਲਿੰਗ ਹੋਣ ਕਰਕੇ ਇਹਦੇ ਵਿੱਚ ਅਗਰ ਪਸ ਆ ਗਈ ਤੇ ਆਈਪੌਲ ਜਿਹੜਾ ਉਹ ਖਰਾਬ ਹੋ ਜਾਏਗਾ ਤੇ ਕੱਢਣਾ ਹੀ ਪੈਣਾ ਮੇਰੇ ਦਿਮਾਗ ਦੇ ਵਿੱਚ ਉਹ ਗੱਲ ਸੀ ਮੈਂ ਕਿ ਮਾਚਸ ਕਿਉਂ ਮੰਗਵਾਉਂਦੇ ਪਏ ਇਹ ਨੇਚਰ ਨੂੰ ਜਿੱਦਾਂ ਗੁਰਜੀ ਦੀ ਸਪੀਡ ਆ ਨਾ ਬੜੀ ਫਾਸਟ ਸਪੀਡ ਗੁਰਜੀ ਨਾਲ ਚੱਲਦੇ ਸੀ ਤੇ ਜਿਹੜੇ ਕੋਲ ਸੇਵਾ ਲੈਂਦੇ ਸੀ ਉਹ ਕਿੰਨਾ ਵੀ ਸੁਸਤ ਕਿਉਂ ਨਾ ਆਵੇ ਐਸੀ ਕਿਰਪਾ ਹੁੰਦੀ ਸੀ ਉਹ ਸੇਵਾਦਾਰ ਵੀ ਬੜਾ ਫਾਸਟ ਹੋ ਜਾਂਦਾ ਉਹ ਇਨੀ ਸੋਚ ਦੇ ਵਿੱਚ ਮੱਚਸ ਆ ਗਈ ਉਹਨਾਂ ਨੇ ਮਾਚਸ ਜਲਾਈ ਤੇ ਮੇਰੇ ਅੱਖਾਂ ਨੂੰ ਹੀਟ ਦੇਣੀ ਸ਼ੁਰੂ ਕਰ ਦਿੱਤੀ ਆ ਮੇਰੇ ਆਈਬ੍ਰੋ ਵੀ ਜਲ ਗਏ ਉਸ ਤੋਂ ਬਾਅਦ ਨਾਲ ਹੀ ਬੋਲੇ ਕਹਿੰਦਾ ਸੂਈ ਲੈ ਕੇ ਆਓ ਉਹ ਜਿੱਦਾਂ ਹੀ ਸੂਈ ਕਿਹਾ ਮੈਂ ਕਿਹਾ ਓੜ ਜਾ ਰਗਵੀਰ ਸਿੰਘ ਇਹ ਗੜਬੜ ਹੋ ਜਾਣੀ ਆ ਇਹ ਤੂੰ ਕਿਥੇ ਫਸ ਗਿਆ ਮੇਰੀ ਦਿਲ ਦੀ ਧੜਕਣ ਵੀ ਬਹੁਤ ਵੱਧ ਗਈ ਇਨੇਚਰ ਚ ਸੂਈ ਆ ਗਈ ਹੁਣ ਉਹਨਾਂ ਦਾ ਪਤਾ ਨਹੀਂ ਕੋਈ ਦਬਾਅ ਸੀ ਇਦਾਂ ਦਾ ਉਹਨਾਂ ਦੀ ਕੋਈ ਪਾਵਰ ਸੀ ਇਦਾਂ ਦੀ ਕਿ ਮੈਂ ਉੱਠਦਾ ਆ ਤਾਂ ਮੇਰੇ ਕੋ ਉਠਿਆ ਨਾ ਜਾਵੇ ਇਨੇਚਰ ਚ ਸੂਈ ਆ ਗਈ ਤੇ ਮੇਰੇ ਅੱਖਾਂ ਖੋਲੀਆਂ ਤੇ ਫੜਾ ਫੜਾ ਖਾਂ ਸੂਈਆਂ ਮਾਰਨੀਆਂ ਸ਼ੁਰੂ ਕਰ ਦਿੱਤੀ ਜਦੋਂ ਸੂਈ ਮਾਰਦੇ ਸੀ ਮੈਨੂੰ ਕੋਈ ਤਕਲੀਫ ਨਹੀਂ ਸੀ ਹੋਈ ਇਸ ਗੱਲ ਦੀ ਕੋਈ ਚੁਬਾਨੀ ਨਹੀਂ ਸੀ ਹੁੰਦੀ ਮੈਂ ਸੋਚਦਾ ਸੀ ਪਤਾ ਨਹੀਂ ਸੂਈ ਨਾਲ ਕਰਦੇ ਕੀ ਪਏ ਆ ਵੀ ਅੱਖ ਤੇ ਖੋਲੀ ਹੋਈ ਕਰਦੇ ਕੀ ਪਏ ਚਲੋ ਤਾਂ ਮੈਂ ਨਾ ਵਾਏ ਗੁਰੂ ਵਾਏ ਗੁਰੂ ਵਾਏ ਗੁਰੂ ਕਰਨਾ ਸ਼ੁਰੂ ਕਰਤਾ ਰੱਬ ਕਰਦਾ ਵੇ ਮਾਲਕਾ ਹੁਣ ਤੂੰ ਮੈਨੂੰ ਬਚਾਉਣਾ ਉਹ ਮੈਨੂੰ ਬਚਾਏ ਹੁਣ ਪਤਾ ਨਹੀਂ ਮੇਰਾ ਕੀ ਬਣੂਗਾ ਆਪਣੇ ਹੱਥਾਂ ਦੇ ਸਾਰੇ ਦਸਾਂ ਉਂਗਲਾਂ ਦੇ ਵਿੱਚ ਉਹਨਾਂ ਨੇ ਸੂਈਆਂ ਮਾਰੀਆਂ ਆਪਣੇ ਹੱਥਾਂ ਦੇ ਵਿੱਚ ਬਲੱਡ ਕਢਿਆ ਇਕੱਠਾ ਕੀਤਾ ਸਾਰਾ ਕੱਟ ਕੇ ਇਕੱਠਾ ਕਰਕੇ ਮੇਰੇ ਅੱਖਾਂ ਦੇ ਵਿੱਚ ਬਲੱਡ ਪਾ ਦਿੱਤਾ ਤੇ ਮੈਨੂੰ ਕਹਿੰਦੇ ਉੱਠ ਜਾ ਤੇਰਾ ਕਲਿਆਣ ਕਰ ਦਿੱਤਾ ਮੈਂ ਉੱਠ ਕੇ ਤਾਂ ਬੈਠ ਗਿਆ ਮੇਰੀਆਂ ਅੱਖਾਂ ਇਦਾਂ ਮੈਨੂੰ ਮਹਿਸੂਸ ਕਰਨ ਜਿੱਦਾਂ ਇਹਨਾਂ ਦੀਆਂ ਮੋਟੀਆਂ ਹੋ ਗਈਆਂ ਮੈਂ ਮਨ ਚ ਕਿਹਾ ਮੈਂਗਾ ਚੰਗਾ ਕਲਿਆਣ ਕੀਤਾ ਜੇ ਤੇ ਬਿਲਕੁਲ ਹੀ ਕੰਮ ਜਾਂਦਾ ਲੱਗਣ ਡਿਆ ਜੀ 5-10 ਮਿੰਟ ਬੈਠਾ ਰਿਆ ਸਾਰੇ ਬੈਠੇ ਰਹੇ ਚੁੱਪ ਕਰਕੇ ਬੈਠੇ ਰਹੇ ਪਹਿਲਾਂ ਤਾਂ ਕੁਝ ਬੰਦੇ ਜਿੰਨੇ ਗੁਰੂ ਸੰਗਤ ਦੇ ਨਾਲ ਬੈਠੇ ਸਾਰੇ ਗੱਲਾਂ ਕਰਦੇ ਉਸ ਵੇਲੇ ਸਾਰੇ ਸੁਣਨ ਹੋ ਕੇ ਬੈਠੇ ਹੋਏ ਤੇ ਮੈਨੂੰ ਪੁੱਛਿਆ ਮੇਰੀ ਵਾਈਫ ਨੇ ਵੀ ਠੀਕ ਹਾਂ ਮੈਂ ਕਹਾ ਵੀ ਹਾਂ ਠੀਕ ਆ ਪਰ ਮੇਰੀ ਅੱਖਾਂ ਬਹੁਤ ਜਿੱਦਾਂ ਸੁੱਜ ਕੇ ਮੋਟੀਆਂ ਹੋ ਗਈਆਂ ਖੁੱਲਦੀਆਂ ਨਹੀਂ ਪਈਆਂ ਤੇ ਇਹਨੇ ਤੇ ਗੱਲਾਂ ਕਰਦਿਆਂ ਤੇ ਇੱਕ ਝਪਕ ਜੇ ਮੈਂ ਅੱਖ ਨੂੰ ਆਈ ਤੇ ਇਸ ਤਰ੍ਹਾਂ ਲੱਗਾ ਜਿਸ ਤਰ੍ਹਾਂ ਨਾ ਰੋਸ਼ਨੀ ਨਜ਼ਰ ਆਉਂਦੀ ਐ ਲੇਕਿਨ ਉਹ ਚਪਕ ਆਉਂਦਿਆ 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 ਕਰਦੇ ਅੱਖਾਂ ਹੌਲੀ-ਹੌਲੀ ਖੁੱਲਣੀਆਂ ਸ਼ੁਰੂ ਹੋ ਗਈਆਂ ਜਦੋਂ ਅੱਖਾਂ ਖੁੱਲੀਆਂ ਤੇ ਸੰਗਤ ਦੇ 15-20 ਲੋਕ ਉਹਨਾਂ ਡਰਾਇੰਗ ਰੂਮ 'ਚ ਥੱਲੇ ਬੈਠੇ ਹੋਏ ਸੀ ਉਹ ਮੈਨੂੰ ਤਾਂ ਬਿਲਕੁਲ ਪਹਿਲਾਂ ਪਤਾ ਵੀ ਨਹੀਂ ਸੀ ਲੱਗਦਾ ਮੈਂ ਤਾਂ ਗੁਰੂ ਜੀ ਵੀ ਉਦੋਂ ਦਰਸ਼ਨ ਨਹੀਂ ਸੀ ਹੁੰਦੇ ਇੰਨੀ ਨਜ਼ਰ ਮੇਰਾ ਵਿਜ਼ਨ ਇਲਾ ਖਰਾਬ ਸੀ ਉਸੇ ਵੇਲੇ ਹੀ ਮੈਨੂੰ ਬੜੇ ਹੈ ਧੁੰਦਲਾ ਬਹੁਤ ਸੀ ਲੇਕਿਨ ਜਿੰਨੇ ਵੀ ਰੂਮ 'ਚ ਬੈਠੇ ਸੀ ਮੈਨੂੰ ਉਹ ਸਾਰੇ ਧੁੰਦਲੇ ਨਜ਼ਰ ਆਉਣੇ ਸ਼ੁਰੂ ਹੋਏ ਮੈਂ ਇੱਕਦਮ ਬਹੁਤ ਹੈਰਾਨ ਹੋ ਗਿਆ ਮੈਂ ਕਹਾ ਇਹ ਇੰਨੀ ਕਿਰਪਾ ਆ ਕਿ 5-10 ਮਿੰਟ ਦੀ ਗੱਲ ਆ 15 ਮਿੰਟ ਦੇ ਵਿੱਚ ਜੇ ਧੁੰਦਲੇ ਨਜ਼ਰ ਆਉਂਦੇ ਭਾ ਨਜ਼ਰ ਤੇ ਆਉਣੇ ਸ਼ੁਰੂ ਹੋ ਗਏ ਮੈਂ ਮੱਥਾ ਟੇਕਿਆ ਗੁਰੂ ਜੀ ਅੱਗੇ ਤੇ ਗੁਰੂ ਜੀ ਉੱਠ ਕੇ ਖੜੇ ਹੋ ਗਏ ਕਹਿੰਦੇ ਤੇਰਾ ਕਲਿਆਣ ਕਰਤਾ ਹੁਣ ਅਸੀਂ ਵੀ ਚੱਲਦੇ ਆ ਇੰਨੇ ਦੇਰ ਨੂੰ ਗੁਰੂ ਜੀ ਉੱਪਰ ਫਸਟ ਫਲੋਰ ਤੇ ਸੀ ਤੇ نیچے ਉਤਰ ਗਏ ਤਾਂ ਮੈਂ ਪਿਛੇ ਰਹਿ ਗਿਆ ਕਿਉਂਕਿ ਚੱਲਿਆ ਨਹੀਂ ਸੀ ਜਾਣਾ ਉਹਨਾਂ ਸਾਰਿਆਂ ਦੇ ਨਾਲ ਨਜ਼ਰ ਕਰਕੇ ਮੈਂ ਉੱਥੇ ਹੀ ਰਹਿ ਗਿਆ ਸਾਰੇ ਚਲੇ ਗਏ ਕੋਈ ਛੱਡਣ ਵਾਸਤੇ ਤੇ ਮਗਰੋਂ ਫਿਰ ਅਸੀਂ ਵੀ ਉੱਥੇ ਦੇ ਘਰ ਵਾਪਸ ਚਲੇ ਗਏ ਸਾਡਾ ਵਾਕਿੰਗ ਡਿਸਟੈਂਸ ਥੋੜਾ ਜਿਹਾ ਸੀ ਅੱਧਾ ਫਰਲਾਂਗ ਦਾ ਡਿਸਟੈਂਸ ਹੋਣਾ ਜਿੱਨਾਂ ਦੇ ਘਰ ਅਸੀਂ ਆਏ ਸੀ ਆਪਣੇ ਘਰ ਤੋਂ ਉਹਨੇ ਮੇਰੀ ਬਾਹ ਫੜੀ ਹੋਈ ਮੇਰੀ ਵਾਈਫ ਨੇ ਅਸੀਂ ਦੋਨੇ ਜਾਣੇ ਆਪਣੇ ਘਰ ਵਾਪਸ ਜਾ ਰਹੇ ਹਾਂ ਇੱਕ ਮੇਰੇ ਕੋਲੋਂ ਰਿਕਸ਼ਾ ਵਾਲਾ ਰਾਤ ਦਾ ਟਾਈਮ ਆਇਆ ਰਿਕਸ਼ਾ ਵਾਲਾ ਇੱਕ ਇੱਥੋਂ ਕੋਲੋਂ ਜੀ ਨਿਕਲਿਆ ਤੇ ਮੈਂ ਉਹਨੂੰ ਕਿਹਾ ਮੈਂ ਕਿਹਾ ਇਹ ਰਿਕਸ਼ਾ ਨਿਕਲਿਆ ਇੱਥੋਂ ਕਹਿੰਦੇ ਹਾਂਜੀ ਫਿਰ ਇੱਕ ਸਾਈਕਲ ਵਾਲਾ ਆਇਆ ਮੈਂ ਕਿਹਾ ਸਾਈਕਲ ਤੇ ਜਾ ਰਿਹਾ ਕਹਿੰਦੇ ਹਾਂਜੀ ਚੱਲਦੇ ਗਏ ਅੱਗੇ ਇੱਕ 4 ਵੀਲਰ ਟੈਂਪੂ ਖੜਾ ਹੈ ਤੇ ਉਹ ਥੋੜੀ ਦੂਰੋਂ ਤੋਂ ਮੈਨੂੰ ਨਜ਼ਰ ਆਇਆ ਮੈਂ ਕਿਹਾ ਵੀ ਇਹ ਕੋਈ 4 ਟੈਂਪੂ ਖਲੋਤਾ ਲੱਗਦਾ ਕਹਿੰਦੇ ਹਾਂਜੀ ਮੈਂ ਕਿਹਾ ਵੀ ਹੁਣ ਮੇਰੀ ਬਾਹ ਛੱਡ ਦੇ ਮੈਂ ਹੁਣ ਤੇਰੇ ਨਾਲ ਆਪੇ ਚੱਲਦਾ ਅਸੀਂ ਗੱਲਾਂ ਕਰਦੇ ਕਰਦੇ ਹੌਲੀ ਹੌਲੀ ਤੇ ਘਰ ਅਸੀਂ ਪਹੁੰਚ ਗਏ ਜਦੋਂ ਮੈਂ ਆਪਣੇ ਰੂਮ 'ਚ ਜਾ ਕੇ ਬੈਠਾ ਕਾਫੀ ਧੀਰ ਤੋਂ ਮੈਨੂੰ ਆਪਣੇ ਰੂਮ ਦਾ ਅੰਦਰ ਕੁਝ ਵੀ ਸਮਾਨ ਜੋ ਉਸਗਾ ਉਹ ਮੈਨੂੰ ਨਜ਼ਰ ਨਹੀਂ ਸੀ ਆਉਂਦਾ ਹੁੰਦਾ ਮੈਂ ਜਿੱਦਾਂ ਜਾ ਕੇ ਬੈਠਾ ਸਭ ਤੋਂ ਪਹਿਲਾਂ ਮੇਰੀ ਨਜ਼ਰ ਪਈ ਐ ਪੈਲਮੈਂਟ ਦੇ ਉੱਪਰ ਤੇ ਮੈਨੂੰ ਪੈਲਮੈਂਟ ਨਜ਼ਰ ਆਉਣੇ ਆਇਆ ਮੈਂ ਕਿਹਾ ਮੈਂ ਤਾਂ ਪੈਲਮੈਂਟ ਨਜ਼ਰ ਆ ਰਿਹਾ ਫਸਟ ਕਲਾਸ ਸੀ ਧੁੰਦਲਾ ਲੇਕਿਨ ਨਜ਼ਰ ਆਉਂਦਾ ਸੀ ਸਵਿਚ ਬੋਰਡ ਤੇ ਨਜ਼ਰ ਗਈ ਮੈਂ ਕਹਾ ਤਾਂ ਸਵਿਚ ਬੋਰਡ ਵੀ ਨਜ਼ਰ ਆ ਰਿਹਾ ਉੱਥੋਂ ਮੈਂ ਸਾਰੀ ਸਟੋਰੀ ਪੁੱਛੀ ਮੈਂ ਮੈਨੂੰ ਖਾਸ ਕਰਕੇ ਸੂਈ ਦੇ ਬੜਾ ਸਿਕਾ ਵੀ ਉਹ ਸੂਈ ਦੇ ਨਾਲ ਮੇਰੇ ਕੀ ਕੀਤਾ ਫਿਰ ਮੈਨੂੰ ਵਾਈਫ ਨੇ ਦੱਸਿਆ ਕਿ ਉਹ ਅੱਖਾਂ ਖੋਲ ਕੇ ਸੂਈ ਤੁਹਾਡੇ ਅੱਖਾਂ ਦੇ ਵਿੱਚ ਮਾਰਦੇ ਸੀ ਆਈ ਬਾਲ ਚ ਮਾਰਦੇ ਮੈਂ ਕਿਹਾ ਮੈਨੂੰ ਕੋਈ ਤਕਲੀਫ ਤਾਂ ਹੋਈ ਨਹੀਂ ਚੁਬਨ ਵੀ ਕੋਈ ਨਹੀਂ ਹੋਈ ਉਹ ਕਹਿੰਦੇ ਇਥੋਂ ਤੱਕ ਕੇ ਸੂਈ ਵਿੱਚ ਪ੍ਰੋਗ ਕੇ ਇਹਦਾ ਚੱਕਰ ਵੀ ਕੱਢ ਦਿੰਦੇ ਸੀ ਮੈਂ ਕਿਹਾ ਚੱਕਰ ਕੱਢ ਦਿੰਦੇ ਸੀ ਜੇ ਕਿਸੇ ਚੀਜ਼ ਦੇ ਵਿੱਚ ਪ੍ਰੋਗ ਚੱਕਰ ਕੱਢ ਦੋ ਤਾਂ ਪੀਸ ਕੱਟਿਆ ਜਾਂਦਾ ਹੋ ਤਾਂ ਹਲਾਕ ਹੋ ਸਕਦਾ ਫਕੀਰ ਦੇ ਪਤਾ ਨਹੀਂ ਪਰ ਸਾਰੇ ਹੈਰਾਨ ਸੀ ਸਾਰੇ ਸੁਣ ਕੇ ਬੈਠੇ ਹੋਏ ਸੀ ਜੋ ਕਰਦੇ ਸੀ ਫਿਰ ਉਹਨੇ ਉਹਨੇ ਮੈਨੂੰ ਦੱਸਿਆ ਕਿ ਉਹਨਾਂ ਨੇ ਆਪਣੀ ਉਂਗਲਾਂ 'ਚ ਬਲੱਡ ਕੱਢ ਕੇ ਤੇ ਤੁਹਾਡੀਆਂ ਅੱਖਾਂ 'ਚ ਪਾਇਆ ਸੀ ਤੇ ਗੁਰੂ ਜੀ ਅਕਸਰ ਕਦੇ-ਕਦਾਈਂ ਮੈਨੂੰ ਕਿਤੇ-ਕਿਤੇ ਮੈਨੂੰ ਕਹਿ ਦਿੰਦੇ ਹੁੰਦੇ ਕਹਿੰਦਾ ਕਿ ਇਹ ਤੇਰਾ ਸਾਡਾ ਬਲੱਡ ਰਿਲੇਸ਼ਨ ਹੈ ਮੈਂ ਕਹਾ ਜੀ ਸਾਤੂ ਬਿਲਕੁਲ ਜੀ ਇਹਦੇ 'ਚ ਕੋਈ ਸ਼ੱਕਾਂ ਵਾਲੀ ਗੱਲ ਨਹੀਂ ਸੋ ਰਾਤ ਅਸੀਂ ਸੌਂ ਗਏ ਪਹਿਲਾਂ ਮੈਨੂੰ ਨੀਂਦ ਨਹੀਂ ਸੀ ਆਉਂਦੀ ਹੁੰਦੀ ਕਿਉਂਕਿ ਮੇਰੇ ਆਈ ਬਾਲ ਚ ਦਰਦ ਬਹੁਤ ਰਹਿੰਦੀ ਸੀ ਬਹੁਤ ਜ਼ਿਆਦਾ ਜਦੋਂ ਨੀਂਦ ਦਾ ਜ਼ੋਰ ਪੈਂਦਾ ਸੀ ਤਾਂ ਜਾ ਕੇ ਫਿਰ ਮੈਨੂੰ ਨੀਂਦ ਆਂਦੀ ਸੀ ਉਸ ਦਿਨ ਮੈਨੂੰ ਇੰਨੀ ਜ਼ੋਰ ਦੀ ਨੀਂਦ ਆਈ ਮੈਂ ਪੂਰੀਆਂ ਗੱਲਾਂ ਨਹੀਂ ਪੁੱਛ ਸਕਿਆ ਮੈਂ ਇੱਕ ਹੋਰ ਵੀ ਤੁਹਾਨੂੰ ਸ਼ਨਾਖਤ ਦੱਸਣੀ ਸੀ ਗੁਰੂ ਜੀ ਨੇ ਸਾਨੂੰ ਸ਼ਨਾਖਤ ਆਪਣੀ ਦਿੱਤੀ ਜਦੋਂ ਜਾ ਕੇ ਬੈਠੇ ਤੇ ਮੇਰੇ ਵਾਈਫ ਨੂੰ ਕਹਿੰਦੇ ਕਹਿੰਦੇ ਦੋ ਦਿਨ ਹੋਏ ਆਪਣੇ ਪੇਕਿਆਂ ਤੋਂ ਹੋ ਕੇ ਆਈਆਂ ਕਹਿੰਦੇ ਹਾਂ ਜੀ ਕਹਿੰਦੇ ਪੰਜ ਸੂਟ ਲੈ ਕੇ ਆਈਂ ਤਿੰਨ ਪਲੇਨ ਐ ਦੋ ਪ੍ਰਿੰਟ ਐ ਉਹਨੇ ਯਾਦ ਕਰਕੇ ਦੱਸਿਆ ਕਹਿੰਦੇ ਹਾਂਜੀ ਕਹਿੰਦੇ ਜਦੋਂ ਤੂੰ ਘਰੋਂ ਚੱਲ ਕੇ ਮੇਰੇ ਕੋਲ ਆਈਂ ਆ ਇੱਕ ਛੋਟਾ ਜਿਹਾ ਪਰਸ ਤੇਰੇ ਹੱਥ ਵਿੱਚ ਸੀਗਾ ਵਾਪਸ ਜਾ ਕੇ ਪਰਸ ਰੱਖ ਕੇ ਫਿਰ ਤੂੰ ਮੇਰੇ ਕੋਲ ਆਈਂ ਉਹ ਇਸੇ ਤਰ੍ਹਾਂ ਹੀ ਹੋਇਆ ਸੀ ਉਹਦੇ ਹੱਥ ਵਿੱਚ ਪਰਸ ਸੀ ਤੇ ਜਦੋਂ ਅਸੀਂ ਘਰੋਂ ਬਾਹਰ ਨਿਕਲੇ ਕਹਿੰਦੀ ਮੈਂ ਪਰਸ ਕੀ ਕਰਾਂ ਮੈਂ ਰੱਖ ਆਵਾਂ ਇਹਨੂੰ ਉਹਨੇ ਮੈਂ ਕਿਹਾ ਰੱਖ ਦੇ ਕਹਿੰਦੇ ਘਰ ਜਾ ਕੇ ਗਣਲੇ 382 ਰੁਪਏ ਉਹਦੇ ਸਭ ਤੋਂ ਜਾ ਕੇ ਘਰ ਪਹਿਲਾਂ ਅਸੀਂ ਉਹ ਪਰਸ ਦੇ ਪੈਸੇ ਗਨੇ ਸੀ ਤੇ ਪੂਰੇ 385 ਰੁਪਏ ਸੀ ਇਹ ਉਹਨਾਂ ਨੇ ਆਪਣੀ ਇੱਕ ਸ਼ਨਾਖਤ ਦੇ ਦਿੱਤੀ ਸੀ ਕਿਉਂ ਉਹ ਸ਼ਨਾਖਤ ਦੀ ਲੋੜ ਤਾਂ ਪੈ ਗਈ ਸੀ ਕਿਉਂਕਿ ਮੈਨੂੰ ਉਹਨਾਂ ਨੂੰ ਪਤਾ ਸੀਗਾ ਉਹਨਾਂ ਦੇ ਨਜ਼ਰ ਤੋਂ ਅੱਜ ਵੀ ਕੋਈ ਬੰਦਾ ਉਹ ਲੈ ਨਹੀਂ ਤੇ ਪਹਿਲਾਂ ਵੀ ਕੋਈ ਉਹ ਲੈ ਨਹੀਂ ਰਿਹਾ ਉਹਨਾਂ ਨੂੰ ਹਰ ਸ਼ਖਸੀਅਤ ਦਾ ਹਰ ਸ਼ਖਸ ਦਾ ਉਹਨਾਂ ਨੂੰ ਹਰ ਐਕਟੀਵਿਟੀ ਦਾ ਉਹਨਾਂ ਨੂੰ ਪਤਾ ਹੁੰਦਾ ਇੰਨੀ ਬਰੀਕੀ ਦੇ ਵਿੱਚ ਉਹ ਆਪਣੀ ਜਿਹੜੀ ਅੰਦਰੋਂ ਨੇ ਜਿਹੜੀ ਆ ਨਜ਼ਰ ਆ ਉਹ ਇੰਨੀ ਜ਼ਿਆਦਾ ਉਹਨਾਂ ਦੀ ਵੱਡੀ ਸੀ ਇੰਨੀ ਫਲਾਉ ਸੀ ਉਹਨਾਂ ਦਾ ਨਜ਼ਰ ਦਾ ਵੀ ਹਰ ਬੰਦੇ ਨੂੰ ਦੇਖ ਲੈਂਦੇ ਕੋਈ ਕਿੱਥੇ ਕੀ ਕਰਦਾ ਪਿਆ ਮੈਂ ਸੌਂ ਗਿਆ ਮੈਂ ਨੀਂਦ ਬੜੀ ਜ਼ੋਰ ਦੀ ਆਈ ਗੱਲਾਂ ਕਰਦੇ ਕਰਦੇ ਮੈਂ ਕਿਹਾ ਬਾਕੀ ਗੱਲਾਂ ਸਵੇਰੇ ਕਰਾਂਗਾ ਮੈਨੂੰ ਤਾਂ ਬਹੁਤ ਜ਼ੋਰ ਦੀ ਨੀਂਦ ਆਈ ਮੈਂ ਸੌ ਗਿਆ ਸਵੇਰੇ ਕੋਈ ਕਰੀਬਨ 5:30 6 ਵਜੇ ਦੇ ਕਰੀਬਨ ਜਾਗ ਖੁੱਲੀ ਜਦੋਂ ਮੈਂ ਜਾਗ ਖੁੱਲੀ ਉੱਠਿਆ ਤੇ ਆਪਣੇ ਰੁਟੀਨ ਵਾਂਗੂ ਉੱਠ ਕੇ ਮੈਂ ਆਪਣੇ ਬੈੱਡ ਤੋਂ ਉੱਠ ਕੇ ਤਾਂ ਬਾਹਰ ਆਉਣ ਲੱਗਾ ਤੇ ਮੇਰੇ ਸਾਡੇ ਉੱਥੇ ਇੱਕ ਟੇਬਲ ਪਿਆ ਹੁੰਦਾ ਸੀ ਤੇ ਮੈਨੂੰ ਉਹਦਾ ਬੜਾ ਧਿਆਨ ਰਹਿੰਦਾ ਸੀ ਕਿਉਂਕਿ ਉਹ ਅਕਸਰ ਮੇਰੇ ਇੱਥੇ ਲੱਤਾਂ 'ਚ ਬਹੁਤ ਵੱਜਦਾ ਹੁੰਦਾ ਮੈਨੂੰ ਪਤਾ ਨਹੀਂ ਸੀ ਲੱਗਦਾ ਮੈਂ ਚੱਲਦਾ ਹੀ ਮੇਰੇ ਟੇਬਲ ਵੱਜ ਜਾਣਾ ਤੇ ਮੈਂ ਉਹ ਉੱਧਰ ਧਿਆਨ ਸੀ ਮੈਂ ਕਿਹਾ ਮੇਰੇ ਟੇਬਲ ਨਾ ਵੱਜੇ ਤਾਂ ਮੈਂ ਦੇਖਿਆ ਤਾਂ ਟੇਬਲ ਮੈਨੂੰ ਨਜ਼ਰ ਆ ਗਿਆ ਫਸਟ ਕਲਾਸ ਮੈਂ ਉੱਠਿਆ ਮੈਂ ਥੋੜੇ ਲਾਈਟ ਚ ਲਾਈ ਤੇ ਮੇਰਾ ਵਿਜ਼ਨ ਇੰਨਾ ਵਧੀਆ ਹੋ ਗਿਆ ਕਿ ਰਾਤ ਧੁੰਦਲਾ ਸੀ ਸਵੇਰ ਨੂੰ ਧੁੰਦਲਾ ਨਹੀਂ ਸੀ ਮੇਰਾ ਵਿਜ਼ਨ ਕਲੀਅਰ ਸੀ ਮੇਰੇ ਨਾਲ ਜ਼ੋਰ ਦੀ ਮੈਂ ਆਵਾਜ਼ ਬੋਲ ਕੇ ਮੈਨੂੰ ਮੈਂ ਜਦ ਤਾ ਨਾ ਬੇਸੁਰਤ ਹੋ ਜਾਂਦਾ ਬੰਦਾ ਬੇਸੁਰਤ ਹੋ ਕੇ ਬੋਲਦਾ ਉਹ ਆਵਾਜ਼ ਦੇ ਕੇ ਆਵਾਜ਼ ਦੇ ਕੇ ਮੈਂ ਉੱਚੀ ਬੋਲਣਾ ਸ਼ੁਰੂ ਕਰਤਾ ਮੈਂ ਕਹਾਂ ਮੈਨੂੰ ਤਾਂ ਸਭ ਕੁਝ ਨਜ਼ਰ ਆਉਂਦਾ ਮੈਨੂੰ ਤਾਂ ਨਜ਼ਰ ਆਉਣ ਲੱਗ ਪਿਆ ਮੈਨੂੰ ਤਾਂ ਨਜ਼ਰ ਆਉਣ ਲੱਗ ਪਿਆ ਮੇਰੇ ਮਦਰ ਫਾਦਰ ਵੀ ਉਹ ਮੇਰਾ ਸ਼ੋਰ ਸੁਣ ਕੇ ਆ ਕੇ ਕਹਿੰਦੇ ਕੀ ਨਜ਼ਰ ਆਉਂਦਾ ਤੈਨੂੰ ਉਹ ਮੈਨੂੰ ਤਾਂ ਸਭ ਕੁਝ ਨਜ਼ਰ ਆਉਂਦਾ ਮੈਨੂੰ ਤਾਂ ਨਜ਼ਰ ਆਉਂਦਾ ਪਿਆ ਉਹ ਕਹਿੰਦੇ ਤੈਨੂੰ ਆਉਂਦਾ ਕੀ ਹੈ ਨਜ਼ਰ ਉਹ ਸੋਚਣ ਲੱਗੇ ਪਤਾ ਨਹੀਂ ਇਹਨੂੰ ਕੀ ਦਿਸਦਾ ਪਿਆ ਅੰਦਰੋਂ ਦੀਆਂ ਉਹ ਮੈਂ ਕਹਾਂ ਜੇ ਮੇਰੀ ਨਜ਼ਰ ਰਾਤੀ ਗੁਰੂ ਜੀ ਨੇ ਠੀਕ ਕੀਤੀ ਆ ਜਿਹੜੀ ਉਹ ਮੈਂ ਤਾਂ ਫਸਟ ਕਲਾਸ ਸਾਰਾ ਕੁਝ ਨਜ਼ਰ ਆਉਂਦਾ ਤੇ ਉਹ ਸਾਰੇ ਉਹ ਸੁਣ ਕੇ ਕੋਈ ਮੈਨੂੰ ਉਂਗਲਾਂ ਗਿਣਾਵੇ ਆ ਕਿੰਨੀਆਂ ਉਂਗਲਾਂ ਕੋਈ ਮੈਨੂੰ ਆਕੇ ਜੀ ਆਹ ਕੌਣ ਆ ਮੈਂ ਕਿਹਾ ਹੱਦ ਹੋ ਗਏ ਤੁਸੀਂ ਇਹ ਨਾ ਪੁੱਛੋ ਤੁਸੀਂ ਹੁਣ ਮੈਨੂੰ ਕੋਈ ਪੜ੍ਹ ਲਵਾਸ ਤੇ ਵੀ ਦੇ ਸਕਦੇ ਮੈਂ ਇੰਨਾ ਵੀ ਮੈਂ ਹੋ ਸਕਦਾ ਮੈਂ ਮੋٹے ਅੱਖਰਾਂ ਵਿੱਚ ਪੜ੍ਹ ਵੀ ਲਵਾ ਅਸੀਂ ਫਟਾਫਟ ਜੀ ਤਿਆਰ ਹੋ ਕੇ ਤੇ ਅਸੀਂ ਗੁਰੂ ਜੀ ਦੇ ਕੋਰਸ ਤੇ ਉਦੋਂ ਜਲੰਧ ਡਿਫੈਂਸ ਕਲੋਨੀ ਗ੍ਰੀਨ ਪਾਰਕ ਹੁੰਦੇ ਸੀ ਉਦੋਂ ਜਦੋਂ ਮੇਰੇ ਮੁਲਾਕਾਤ ਹੋ ਰਹੀ ਸੀ ਸਿੱਦੇ ਉੱਥੇ ਪਹੁੰਚ ਗਏ ਸਵਾ 7 ਦੇ ਆਸ-ਪਾਸ ਦੇ ਅਸੀਂ ਉੱਥੇ ਪਹੁੰਚ ਗਏ ਜਿੱਦਾਂ ਦਰਵਾਜ਼ਾ ਖੋਲ ਕੇ ਅੰਦਰ ਗਏ ਤਿੰਨ ਚਾਰ ਲੋਕ ਬੈਠੇ ਸੀ ਅਜੇ ਅਜੇ ਦਰਬਾਰ ਉੱਥੇ ਜਲਦੀ ਸ਼ੁਰੂ ਹੁੰਦਾ ਸੀ 7:30 ਵਜੇ ਸ਼ੁਰੂ ਹੋ ਜਾਂਦਾ ਸੀ ਜਲੰਧ ਪਹਿਲਾਂ ਪਹਿਲ ਦੀ ਗੱਲ ਚਾਰ ਪੰਜ ਲੋਕ ਬੈਠੇ ਹੋਣਗੇ ਤੇ ਮੈਂ ਜਿੱਦਾਂ ਹੀ ਅੰਦਰ ਆ ਗਿਆ ਆਵੇ ਅੰਕਲ ਰਾਤੀ ਨੀਂਦ ਆ ਗਈ ਤੈਨੂੰ ਮੈਂ ਆਖਿਆ ਗੁਰੇ ਨੀਂਦ ਤਾਂ ਬਹੁਤ ਆ ਗਈ ਮੈਂ ਗੁਰੇ ਨੀਂਦ ਨੂੰ ਛੱਡੋ ਮੇ ਤਾਂ ਨજર ਵਾਪਸ ਆ ਗਈ ਤੇ ਕਹਿੰਦੇ ਹੋ ਰਾਤੀ ਕਰਨ ਕੀ ਆਏ ਸੀ ਇਹੇ ਕੰਮ ਕਰਨਾ ਸੀ ਮੱਥਾ ਟੇਕਿਆ ਬੈਠੇ ਇੱਕ ਦੋ ਦਿਨ ਇਦਾਂ ਜਾਂਦੇ ਰਹੇ ਤੇ ਮੈਂ ਪੁੱਛਣਾ ਕਿ ਮੇਰੀ ਲਾਲੀ ਅੱਖਾਂ ਦੇ ਵਿੱਚ ਹੈਗੀ ਆ ਕਿ ਖਤਮ ਹੋ ਗਈ ਤਾਂ ਮੈਂ ਦੱਸਿਆ ਕਰਦਾ ਕਹਿੰਦੇ ਲਾਲੀ ਅਜੇ ਹੈਗੀ ਮੈਂ ਇੱਕ ਦਿਨ ਕਿਹਾ ਗੁਰੇ ਮੈਂ ਗੁਰੂ ਜੀ ਮੇਰੇ ਅੱਖਾਂ ਦੀ ਲਾਲੀ ਨਹੀਂ ਖਤਮ ਹੋਈ ਇਹ ਹੈਗੀ ਅਜੇ ਉਹ ਕਹਿੰਦੇ ਲਿਆ ਗਲਾਸ ਪਾਣੀ ਦਾ ਪਾਣੀ ਦਾ ਗਲਾਸ ਲਿਆਂਦਾ ਗੁਰੂ ਜੀ ਨੇ ਮਾਲਾ ਉਸ ਟਾਈਮ ਦੇ ਉੱਤੇ ਗੁਰੂ ਜੀ ਅੰਮ੍ਰਿਤ ਬਣਾ ਕੇ ਦਿੰਦੇ ਸੀ ਮੈਨੂੰ ਉਹਨਾਂ ਨੇ ਅੰਮ੍ਰਿਤ ਬਣਾ ਕੇ ਦਿੱਤਾ ਮੈਂ ਉਹਨੂੰ ਕਹਿੰਦੇ ਲੈ ਪੀ ਲਾ ਅੱਜ ਤੋਂ ਬਾਅਦ ਲਾਲੀ ਵੀ ਖਤਮ ਯਕੀਨ ਕਰਕੇ ਜਾਣਿਓ ਉਸ ਦਿਨ ਉਹ ਅੰਮ੍ਰਿਤ ਪੀ ਕੇ ਆਹੀ ਤੇ ਘਰ ਆ ਗਏ ਤੇ ਉਹ ਲਾਲੀ ਵੀ ਜਿਹੜੀ ਅੱਖਾਂ ਰੈੱਡ ਰਹਿ ਸੀ ਸਾਰੀ ਉਹ ਖਤਮ ਹੋ ਗਈ ਸੋ ਇਹ ਮੇਰੀ ਐਂਟਰੀ ਸੀ ਗੁਰੂ ਜੀ ਕੋਲ ਤੇ ਗੁਰੂ ਜੀ ਦੀ ਏ ਕੱਡੀ ਵੱਡੀ ਕਰਨੀ ਡਾਕਟਰ ਲੋਕ ਸਾਰੇ ਬਹੁਤ ਹੈਰਾਨ ਹੁੰਦੇ ਹੁੰਦੇ ਕਹਿੰਦੇ ਵੀ ਨਾ ਕੋਈ ਆਪਰੇਸ਼ਨ ਹੋ ਨਹੀਂ ਸਕਦਾ ਸੀ ਅੰਦਰੂਨੀ ਕੁਛ ਵਹਿ ਲਿਆ ਕਿੱਥੋਂ ਬਣ ਕੇ ਆਉਂਦੀ ਇਹਦਾ ਕੋਈ ਅੰਦਾਜ਼ਾ ਬਹੁਤ ਆਲ ਇੰਡੀਆ ਮੈਡੀਕਲ ਸੀਤਾਪੁਰ ਹਮਰਸਰ ਇਹ ਸਾਰੇ ਮੰਗਲੌਰ ਸਭ ਥਾਂ ਅਸੀਂ ਜਾਏ ਹੋਏ ਇਹ ਪਤਾ ਨਹੀਂ ਸੀ ਚੱਲਦਾ ਵੀ ਕਿੱਥੋਂ ਉਹਨਾਂ ਨੇ ਇੱਕ ਛੋਟਾ ਜਿਹਾ ਪਰੇ ਮੈਨੂੰ ਕਹਿੰਦੇ ਚਾਵਲ ਚਾਵਲ ਜਿਹੜੇ ਨਾ ਇਹ ਨਾ ਤੂੰ ਚਾਹੇ ਥੋੜੇ ਵੀ ਨਹੀਂ ਖਾਣੇ 7 ਵਜੇ ਸੋ ਇਹ ਉਹਨਾਂ ਦੀ ਕਿਰਪਾ ਹੈ ਜੈ ਗੁਰੂ ਜੀ ਜੈ